ਸਿਆਸਤ ਵਪਾਰ ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੇਨਿਕ ਸਵੇਰਾ ਟਾਈਮਸ ਧਰਤੀ ਪੁੱਤਰ ਕਿਸਾਨ ਇਸ ਵਕਤ ਬੇहद ਚਿੰਤਿਤ ਹੈ ਚਿੰਤਾ ਕਰੋਨਾ ਦੀ ਨਹੀਂ ਚਿੰਤਾ ਹੈ ਲੇਬਰ ਦੀ ਕਿਉਂਕਿ ਕਰੋਨਾ ਕਰਕੇ ਜਿੱਥੇ ਦੇਸ਼ ਦੀ ਅਰਥ ਵਿਵਸਥਾ ਹੈ ਉਹ ਡਗਮਗਾਈ ਹੋਈ ਹੈ ਉਸ ਦੇ ਨਾਲ ਹੀ ਗੱਲ ਕੀਤੀ ਜਾਵੇ ਕਿਸਾਨਾਂ ਦੀ ਕਿਸਾਨਾਂ ਦੇ ਮੱਥੇ ਤੇ ਚਿੰਤਾ ਦੀ ਲਕੀਰਾਂ ਿਓਨੇ ਕਿ ਜਿੱਥੇ ਲੇਬਰ ਹਰ ਵਾਰ ਚੋਨੇ ਸੀਜ਼ਨ ਵਿੱਚ ਆਉਂਦੀ ਹੁੰਦੀ ਹੈ ਇਸ ਵਾਰ ਲੇਬਰ ਕਰਾ ਨੂੰ ਵਾਪਸ ਜਾ ਰਹੀ ਹੈ ਪਰ ਇੱਕ ਵੱਖਰਾ ਉਪਰਾਲਾ ਵੱਖਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਹਾ ਜਾਂਦਾ ਹੈ ਕਿ ਮਜਬੂਰੀ ਜੋ ਹੈ ਉਹ ਅਵਿਸ਼ਕਾਰ ਦੀ ਜਨਨੀ ਹੁੰਦੀ ਹੈ ਅਸੀਂ ਫਰੀਦਕੋਟ ਦੇ ਪਿੰਡ ਹਰਦਿਆਲੇਆਣਾ ਵਿੱਚ ਖੜੇ ਆ ਇਹ ਕਰੀਬ 200 ਏਕੜ ਜ਼ਮੀਨ ਹੈ ਜਿੱਥੇ ਕਿ ਹਰ ਸਾਲ ਚੋਣ ਦੀ ਫਸਲ ਲਹਿਰਾਉਂਦੀ ਹੁੰਦੀ ਸੀ ਇਸ ਵਾਰ ਪਹਿਲੇ ਸੋਚਿਆ ਗਿਆ ਸੀਗਾ ਕਿ ਖਾਲੀ ਛੱਡਿਆ ਜਾਵੇ ਪਰ ਉਸ ਤੋਂ ਬਾਅਦ ਕੁਝ ਪ੍ਰਯੋਗ ਕਰਨ ਦੀ ਕੋਸ਼ਿਸ਼ ਕੀਤੀ ਗਈ ਇਸ ਨੂੰ ਨਵੇਂ ਤਰੀਕੇ ਨਾਲ ਬੀਜਣ ਦੀ ਜੋ ਹੈ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੱਥੇ ਜੋ ਹੈ ਫਸਲ ਵੀ ਕੀਤੀ ਜਾਵੇ ਅਤੇ ਜੋ ਲੇਬਰ ਹੈ ਉਸ ਦਾ ਜੋ ਨੁਕਸਾਨ ਹੋਇਆ ਹੈ ਉਹ ਦੀ ਜੋ ਉੱਪਰ ਭਾਈ ਵੀ ਕਿ ਤਰ੍ਹਾਂ ਕਿਤੇ ਹੋ ਜਾਵੇ ਕਿਸਾਨਾਂ ਨਾਲ ਗੱਲਬਾਤ ਜ਼ਰੂਰ ਕਰਾਂਗੇ ਅਸੀਂ ਬਾਈ ਜੀ ਸਭ ਤੋਂ ਪਹਿਲਾਂ ਤੁਹਾਡਾ ਨਾਮ ਤੇ ਤੁਹਾਡੇ ਬਾਰੇ ਜਾਨਣਾ ਚਾਹਾਂਗੇ ਰਣਾ ਕੁਲਵਿੰਦਰ ਸਿੰਘ ਸੰਧੂ ਪਿੰਡ ਹਰਦਿਆਲਣਾ ਜੀ ਅਸੀਂ ਹਰ ਸਾਲ ਝੋਨੇ ਦੀ ਖੇਤੀ ਕਰਦੇ ਹਾਂ ਅੱਗੇ ਅਸੀਂ ਇਹ ਖੇਤੀ ਕਦੂ ਜੋਰ ਬੈਤੀ ਤਰੀਕਾ ਉਸ ਨਾਲ ਹੀ ਕਰਦੇ ਸੀ ਪਰ ਇਸ ਵਾਰ ਲੇਬਰ ਦੀ ਘਾਟ ਕਰਨਾ ਅਸੀਂ ਸਿੱਧੀ ਬਿਜਾਈ ਕਰ ਰਹੇ ਹਾਂ ਲੇਬਰ ਦੀ ਹਰ ਸਾਲ ਲੇਬਰ ਆਂਦੀ ਹੁੰਦੀ ਸੀ ਇਸ ਵਾਰ ਜਾ ਰਹੀ ਹੈ ਤਾਂ ਇਹ ਟਾਈਮ ਕਿਹੋ ਜਿਹਾ ਹੈ ਨੁਕਸਾਨ ਕਿੰਨਾ ਹੈ ਨੁਕਸਾਨ ਤਾਂ ਇਹ ਦੇਖਿਆ ਜਾਵੇ ਤਾਂ ਜੋ ਪੰਜਾਬ ਦੇ ਵਿੱਚ ਆ ਉਹ ਲਗਭਗ 67 ਲੱਖ ਏਕੜ ਝੋਨਾ ਜੋ ਕਿਸਾਨ ਲੇਬਰ ਦੁਆਰਾ ਲਾਇਆ ਜਾਂਦਾ ਸੀ ਪਰ ਇਸ ਵਾਰ ਜੋ ਲੇਬਰ ਆ 7-8 ਲੱਖ ਤਕਰੀਬਨ ਮਜ਼ਦੂਰ ਹਰ ਸਾਲ ਆਉਂਦੇ ਸੀ ਬਿਹਾਰ ਤੋਂ ਯੂਪੀ ਤੋਂ ਨੇਪਾਲ ਤੋਂ ਪਰ ਇਸ ਵਾਰ ਉਹ ਨਹੀਂ ਆ ਰਹੇ ਉਸ ਦਾ ਨੁਕਸਾਨ ਤਾਂ ਹੈ ਹੀ ਗਿਆ ਹੈਗਾ ਹੀ ਹੈਗਾ ਜੀ ਉਸ ਦੀ ਪਰਪਾਈ ਕਰਨੀ ਬਹੁਤ ਔਖੀ ਆ ਹੁਣ ਨਵੀਂ ਟੈਕਨੀਕ ਕੀ ਸੋਚੀ ਹੈ ਕਿਸ ਤਰੀਕੇ ਨਾਲ ਹੁਣ ਕੰਮ ਕਰ ਰਹੇ ਹਾਂ ਨਵੀਂ ਟੈਕਨੀਕ ਇਹ ਹੀ ਹੈ ਜੀ ਵੀ ਅਸੀਂ ਸੋਚਿਆ ਵੀ ਜੇ ਬਾਣ ਲੇਬਰ ਨਹੀਂ ਆ ਰਹੀ ਜੋ ਲੋਕਲ ਲੇਬਰ ਆ ਉਹ ਪੂਰਾ ਸਾਡਾ ਨਹੀਂ ਕਰ ਸਕਦੀ ਇਸ ਕਰਕੇ ਅਸੀਂ ਇਹ ਸਿੱਧੀ ਬਜਾਈ ਆ ਜੋ ਝੋਨੇ ਦੀ ਉਹ ਇਹ ਨਵੀਂ ਤਕਨੀਕ ਅਸੀਂ ਅਪਣਾ ਰਹੇ ਹਾਂ ਜੋ ਕਿਸਾਨ ਪਹਿਲਾਂ ਇਸ ਦੀ ਬਜਾਈ ਕਰਦੇ ਸੀ ਉਹਨਾਂ ਤੋਂ ਤਜਰਬੇ ਤੋਂ ਕਮ ਲਿਆਏ ਕੋਸ਼ਿਸ਼ ਅਸੀਂ ਜੋ ਖੇਤੀਬਾੜੀ ਮਾਰ ਆ ਉਹਨਾਂ ਨਾਲ YouTube ਤੇ ਜਾਂ ਹੋਰ ਸੋਸ਼ਲ ਮੀਡੀਆ ਤੇ ਸੰਪਰਕ ਕਰਕੇ ਆਪਣਾ ਇਸ ਨੂੰ ਸ਼ੁਰੂਆਤ ਕੀਤਾ ਹੈ ਜਿਹੜੇ ਵੱਡੇ ਕਿਸਾਨ ਹੈ ਉਹ ਤਾਂ ਚਲੋ ਇਸ ਟੈਕਨੀਕ ਨੂੰ ਅਪਣਾ ਲੈਣਗੇ ਮਸ਼ੀਨ ਜੋ ਤੁਸੀਂ ਦੱਸ ਰਹੇ ਹੋ ਇਹ ਕੰਮ ਕਰੂਗੀ ਛੋਟੇ ਕਿਸਾਨ ਕੀ ਕਰਨਗੇ ਛੋਟੇ ਕਿਸਾਨਾਂ ਦਾ ਜੀ ਇਸ ਟਾਈਮ ਕਹੀਏ ਤਾਂ ਥੋੜਾ ਔਖਾ ਹੈ ਕਿਉਂਕਿ ਇਹ ਮਸ਼ੀਨ ਵੀ ਮਹਿੰਗੀ ਹੈ ਬਾਕੀ ਉਹਨਾਂ ਕੋਲੇ ਚਾਰਾਂ ਕੋਲੇ ਸਾਧਨ ਵੀ ਘੱਟ ਹੈ ਛੋਟੇ ਕਿਸਾਨਾਂ ਨੂੰ ਤਾਂ ਇਹੀ ਹੈ ਵੀ ਉਹ 5-7 ਕਿਸਾਨ ਰਲ ਕੇ ਇੱਕ ਮਸ਼ੀਨ ਲਿਆ ਸਕਦੇ ਆ ਨਾਲੇ ਉਹਨਾਂ ਦੀ ਟਰੈਕਟਰ ਦੀ ਘਾਟ ਵੀ ਪੂਰੀ ਹੋਊਗੀ ਇਸ ਤਰ੍ਹਾਂ ਉਹਨਾਂ ਦੀ ਹੋ ਸਕਦੀ ਹੈ ਪਰ ਫਿਲਹਾਲ ਮੈਨੂੰ ਲੱਗਦਾ ਵੀ ਛੋਟੇ ਕਿਸਾਨਾਂ ਦਾ ਥੋੜਾ ਜਿਹਾ ਇਹ ਮਸ਼ੀਨ ਲਿਆਉਣੀ ਉਹਨਾਂ ਦੇ ਵੱਸ ਦਾ ਰੋਗ ਨਹੀਂ ਹੁਣ ਜਿਸ ਤਰੀਕੇ ਨਾਲ ਟਰੈਕਟਰ ਆ ਰਿਹਾ ਹੈ ਇਹ ਹੁਣ ਕੰਮ ਕਰ ਰਿਹਾ ਹੈ ਇਹ ਪੂਰੀ ਪ੍ਰੋਸੈਸ ਜਾਨਣਾ ਚਾਹੁੰਦਾ ਕਿਸ ਤਰੀਕੇ ਨਾਲ ਕੀ ਮਸ਼ੀਨ ਹੈ ਪਿੱਛੇ ਕੀ ਕੀ ਲੱਗਿਆ ਕਿਸ ਤਰੀਕੇ ਨਾਲ ਕੰਮ ਕਰ ਰਿਹਾ ਇਹ ਜੀ ਜੋ ਹੁਣ ਟਰੈਕਟਰ ਹੈ ਇਹ 11 ਪੌਰੀ ਮਸ਼ੀਨ ਹੈ 9 ਇੰਚ ਤੇ ਅਧਾ ਹੋਰ ਹੈ ਜਿਹਨੂੰ ਆਪਾਂ ਸਿਆੜ ਕਹਿ ਦਿੰਦੇ ਆ ਇਹ ਸਾਡੀ ਖਾਦ ਵੀ ਨਾਲ ਬੀਜ ਰਿਹਾ ਪਲੱਸ ਝੋਨੇ ਦਾ ਬੀ ਵੀ ਨਾਲ ਬੀਜ ਰਿਹਾ 8 ਕਿਲੋ ਝੋਨੇ ਦਾ ਬੀ ਅਸੀਂ ਪਾ ਰਹੇ ਹਾਂ ਇਸ ਸZN ਚ ਪ ਆਮ ਤੌਰ ਤੇ ਪਹਿਲੇ ਪਾਣੀ ਲਗਾਇਆ ਜਾਂਦਾ ਸੀਗਾ ਇੱਕ ਪ੍ਰੋਸੈਸ ਸੀਗਾ ਹੁਣ ਪ੍ਰੋਸੈਸ ਕੋ ਚੇਂਜ ਹੁੰਦਾ ਨਜ਼ਰ ਆ ਰਿਹਾ ਹਾਂ ਹਾਂਜੀ ਪਹਿਲਾਂ ਤਾਂ ਅਸੀਂ ਪਾਣੀ ਦਾ ਭਰ ਕੇ ਕੱਦੂ ਕਰਕੇ ਫੇਰ ਝੋਨਾ ਲਾਉਂਦੇ ਸੀਗੇ ਪਨੀਰੀ ਬੀਜਨੀ ਲੱਗ ਪੈਂਦੀ ਸੀ ਹੁਣ ਇਹ ਸਿੱਧਾ ਹੀ ਅਸੀਂ ਡ੍ਰਿਲ ਨਾਲ ਸਿੱਧਾ ਹੀ ਇਸ ਨੂੰ ਬੀਜ ਰਹੇ ਹਾਂ ਤੇ ਇਸ ਨੂੰ ਰੌਣੀ ਕੀਤਾ ਵਾਹਣ ਉਸ ਤੋਂ ਬਾਅਦ ਰੌਣੀ ਕਰਕੇ ਵਾਹ ਕੇ ਸੁਹਾਗਾ ਮਾਰਿਆ ਦੋ ਵਾਰੀ ਹੁਣ ਅਸੀਂ ਇਹਨੂੰ ਸਿੱਧਾ ਅਸੀਂ ਬੀਜ ਨੂੰ ਸਿੱਧਾ ਹੀ ਵਾਹਣ ਦੇ ਵਿੱਚ ਬੀਜ ਰਹੇ ਹਾਂ ਤੁਸੀਂ ਦੇਖ ਰਹੇ ਹੋ ਸਾਹਮਣੇ ਤੇ ਇਹ ਸਿੱਧੀ ਇਸ ਦੀ ਬਜਾਈ ਹੋ ਰਹੀ ਹੈ ਜੀ ਇਸ ਲਈ ਇਹਨੂੰ ਸਿੱਧੀ ਬਜਾਈ ਕਹਿੰਦੇ ਆ ਜੀ ਰਿਸਪੌਂਸ ਕਾ ਅਸੀਂ ਜੀ ਆਪਣੇ ਤੌਰ ਤੇ ਲੋਕਾਂ ਨੂੰ ਬਹੁਤ ਮੋਟੀਵੇਟ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਆਦੇ ਸੋਸ਼ਲ ਮੀਡੀਆ ਤੇ YouTube ਤੇ Facebook ਤੇ ਕਾਫੀ ਵੀਡੀਓ ਪਾਈਆਂ ਵੀ ਇਹਨੂੰ ਵੱਧ ਤੋਂ ਵੱਧ ਅਪਣਾਇਆ ਜਾਵੇ ਇਕੱਲਾ ਪਣਾਉਣਾ ਹੀ ਨਹੀਂਗਾ ਇਹਨੂੰ ਆਪਾਂ ਸਫਲ ਕਰਨਾ ਹੈ ਜੇ ਇਹ ਸਫਲ ਹੋ ਜਾਂਦੀ ਹੈ ਤਾਂ ਕਿਸਾਨਾਂਾਸਤੇ ਇੱਕ ਸਜੀਵਨੀ ਬੂਟੀ ਦਾ ਕੰਮ ਕਰੂਗੀ ਇਹ ਮਸ਼ੀਨ ਜੋ ਹੈ ਇਹ ਹੁਣ ਥੱਲੇ ਕਿੰਨੇ ਕ ਜਾਊਗੀ ਜਦੋਂ ਬਜਾਈ ਕਰੂਗੀ ਕਿੰਨੇ ਕ ਥੱਲੇ ਜਾ ਕੇ ਜੋ ਇਹ ਵੀ ਜੋ ਥੋੜਾ ਬਹੁਤ ਟੈਕਨੀਕਲ ਕੁਐਸਚਨ ਹੈ ਜਿਹੜੀ ਆਪਾਂ ਕਣਕ ਬੀਜਦੇ ਹੁੰਦੇ ਆ ਜਾਂ ਕੋਈ ਹੋਰ ਕੋਈ ਚੀਜ਼ ਬੀਜਦੇ ਆ ਉਹ ਸਾਨੂੰ ਥੋੜੀ ਜੀ ਡੂੰਘੀ ਬਿਜਣੀ ਪੈਂਦੀ ਸੀ ਪਰ ਇਸ ਦੀ ਜਿਹੜੀ ਡੰਗਾਈ ਆ ਉਹ ਸਵਾਇੰਚ ਤੋਂ 1.5 ਇੰਚ ਚ ਰੱਖਣੀ ਪੈਂਦੀ ਹੈ ਜੇ ਉਸ ਤੋਂ ਜ਼ਿਆਦਾ ਡੂੰਗੀ ਬੀਜਾਂਗੇ ਤਾਂ ਜਰਮੀਨੇਸ਼ਨ ਤੇ ਪ੍ਰੋਬਲਮ ਆਉਂਦੀ ਹੈ ਇਸ ਲਈ ਇਹ ਸਵਾਇੰਚ ਤੇ 1.5 ਇੰਚ ਦੀ ਬਜਾਈ ਇਸਦੀ ਕਰਦੇ ਆ ਅਸੀਂ ਤੁਸੀਂ ਵੇਖ ਸਕਦੇ ਹੋ ਬੜੀ ਟੈਕਨੀਕਲ ਗੱਲ ਹੈ ਕਿ ਇਹਦੀ ਕਿ ਨਿਰਧਾਰਿਤ ਕੀਤਾ ਗਿਆ ਕਿੰਨਾ ਇਹਨੇ ਥੱਲੇ ਜਾਣਾ ਹਾਂਜੀ 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 ਇਹਦਾ ਟੈਕਨੀਕਲ ਇਹੀ ਹੈ ਵੀ ਸਵਾਇੰਚ ਤੋਂ 1.5 ਇੰਚ ਦੇ ਵਿੱਚ ਹੀ ਇਸ ਨੂੰ ਰੱਖਣਾ ਪੈਂਦਾ ਜੀ ਤਾਂ ਤੁਹਾਨੂੰ ਇੱਕ ਇੱਕ ਵਾਰ ਹੋਰ ਨੇੜੇ ਲੈ ਕੇ ਚਲਦੇ ਹਾਂ ਮਸ਼ੀਨ ਦੇ ਦਿਖਾਣੇ ਕਿ ਪੂਰਾ ਪ੍ਰੋਸੈਸ ਜੋ ਹੈ ਕਿਸ ਤਰੀਕੇ ਨਾਲ ਚੱਲਦਾ ਹੈ ਤਾਂ ਸਿੱਧਾ ਤੁਹਾਨੂੰ ਕਿਹਾ ਜਾ ਸਰਕਾਰਾਂ ਦਾ ਯੋਗਦਾਨ ਕਿਹੋ ਜਿਹਾ ਇਸ ਦੇ ਵਿੱਚ ਖਰਾਂਵਾ ਯੋਗਦਾਨਤਾ ਜੀ ਅਸੀਂ ਸਰਕਾਰ ਤੋਂ ਬਾਲੀ ਵੀਦ ਨਹੀਂ ਰੱਖੀ ਗਈ ਤੇ ਪਰ ਸਰਕਾਰ ਨੂੰ ਇਹ ਹੈ ਸਾਡੀ ਫੀਲ ਵੀ ਜਿਵੇਂ ਹੁਣ ਇਹਦੀ ਬਜਾਈ ਵਾਸਤੇ ਰੌਣੀ ਵਾਸਤੇ ਸਾਨੂੰ ਪਾਣੀ ਦੀ ਲੋੜ ਹੈ ਤੇ ਉਹ ਸਾਨੂੰ ਪਾਣੀ ਮੁਹੱਈਆ ਕਰਾਇਆ ਜਾਵੇ ਤੇ ਦੂਸਰੇ ਨੰਬਰ ਤੇ ਵੀ ਇਸ ਦਾ ਜੋ ਮਾਰਾ ਖੇਤੀ ਮਾਰਾ ਸਾਡੇ ਤਾਂ ਕੌਣ ਦੱਸਣ ਕਿਉਂਕਿ ਜੋ ਹੁਣ ਇਸ ਟਾਈਮ ਜੋ ਦਵਾਈਆਂ ਵਾਲੇ ਯਾਰ ਖਾਦਾਂ ਵਾਲੇ ਉਹ ਸਾਨੂੰ ਉਹ ਗਲਤ ਗਾਈਡਲਾਈਨ ਕਰ ਰਹੇ ਹੈ ਸਰਕਾਰ ਚਾਵੇ ਤਾਂ ਵਿਭਾਗ ਆ ਕੇ ਸਾਨੂੰ ਸਹੀ ਹੋਰ ਹੋਰ ਵੀ ਸਾਨੂੰ ਜਾਣਕਾਰੀ ਦੇ ਸਕਦੇ ਹੈ ਹੁਣ ਜਿਸ ਤਰੀਕੇ ਨਾਲ ਇੱਕ ਪਾਸੇ ਦਾ ਤੁਸੀਂ ਬੀ ਬੀਜ ਰਹੇ ਹੋ ਦੂਜੇ ਪਾਸੇ ਰੇਹ ਆ ਤੁਹਾਡੀ ਆ ਤੇ ਹੁਣ ਇਹ ਆਪਸ ਮਿਕਸ ਹੋ ਕੇ ਥੱਲੇ ਜਾਂਦੀ ਹੈ ਕਿਸ ਤਰੀਕੇ ਨਾਲ ਜਾਂਦੀ ਹੈ ਹਾਂਜੀ ਇਹ ਜੋ ਅੱਗੇ ਆ ਅਸੀਂ ਉਹ ਐਨ ਪੀ ਕੇ ਆ ਜੋ 12 32 16 ਉਹ ਬੀਜ ਰਹੇ ਆ ਪਿੱਛੇ 8 ਕਿਲੋ ਝੋਨਾ ਬੀਜ ਰਹੇ ਆ ਇਹ ਜਦੋਂ نیچے ਜਾਊਗੀ ਤਾਂ ਉਹ ਜੋ ਪੋਰ ਆ ਉਹ ਇਕੱਠੀ ਆ ਜੀ ਹਾਂ ਅੱਗੇ ਅੱਗੇ ਉਹ ਰੇਹ ਕੇ ਲੱਗੂਗੀ ਤੇ ਪਿੱਛੇ ਉਹ ਵੀ ਡਗੂ ਆ ਜੀ ਤੇ ਉਹ ਫਿਰ ਉੱਪਰ ਇਸ ਦੇ ਆ ਇਹਦਾ ਕਵਰ ਕਰ ਰਿਹਾ ਜੋ ਪੱਤੀ ਲੱਗੀ ਆ ਇਹ ਇਸ ਨੂੰ ਕਵਰ ਕਰੂਗੀ ਯਾਨੀ ਕਿ ਜਿਸ ਤਰੀਕੇ ਨਾਲ ਦੋ ਪਾਈਪਾ ਜਿਵੇਂ ਥੱਲੇ ਆ ਰਹੀਆਂ ਨੇ ਇਹ ਵਾਲੀਆਂ ਕੈਮਰਾਮੈਨ ਤੁਹਾਨੂੰ ਦਿਖਾ ਰਹੇ ਨੇ ਕਿ ਆ ਦੋ ਪਾਈਪਾਂ ਨੇ ਜਿਵੇਂ ਅਗਲੀ ਪਾਈਪ ਜੋ ਹੈ ਉਹਦੇ ਵਿੱਚ ਦੀ ਰੇਤ ਥੱਲੇ ਆ ਰਹੀ ਪਿਛਲੀ ਵਿੱਚ ਦੀ ਬੀ ਆ ਰਹੀ ਹੈ ਹਾਂਜੀ ਹਾਂਜੀ ਸਹੀ ਹੈ ਜੀ ਇਸ ਤਰ੍ਹਾਂ ਹੀ ਹੋ ਰਿਹਾ ਉਦੋਂ ਮਗਰੋਂ ਜਿਹੜੀ ਆ ਚੀਜ਼ ਹੈ ਇਹ ਇਸ ਨੂੰ ਕਵਰ ਕਰ ਰਹੀ ਹੈ ਇਹ ਮਿੱਟੀ ਉੱਤੇ ਜਿਹੜਾ ਪੋਰ ਹਾਊਸ ਨੂੰ ਬੰਦ ਕਰ ਰਹੀ ਢੱਕ ਰਹੀ ਹੈ ਜੀ ਯਾਨੀ ਕਿ ਇਸ ਤਰੀਕੇ ਪਹਿਲੇ ਮੰਨ ਲਓ ਬੀ ਆ ਗਿਆ ਇੱਥੇ ਹਾਂਜੀ ਹਾਂਜੀ ਪਹਿਲੇ ਬੀ ਆ ਗਈ ਫਿਰ ਉੱਪਰ ਬੀ ਆ ਜਾਂਦਾ ਜੀ ਉੱਤੇ ਫਿਰ ਇਹ ਇਸ ਨੂੰ ਢੱਕ ਉਸ ਤੋਂ ਬਾਅਦ ਇਹ ਢੱਕ ਦਿੰਦਾ ਹਾਂਜੀ ਹਾਂਜੀ ਤਾਂ ਬੜੀ ਟੈਕਨੀਕਲ ਤਰੀਕੇ ਨਾਲ ਜੋ ਹੈ ਇੱਥੇ ਖੇਤੀ ਕੀਤੀ ਜਾ ਰਹੀ ਹੈ ਤਾਂ ਉਮੀਦ ਉਮੀਦ ਕੀ ਹੋਈ ਜੀ ਸਾਰਾ ਵੈਸੇ ਤਾਂ ਆਪਾਂ ਉਮੀਦ ਤੇ ਹੀ ਸਾਰਾ ਸੰਸਾਰ ਕਾਇਮ ਹੈ ਪਰ ਸਾਨੂੰ ਉਮੀਦ ਆ ਵੀ ਅਸੀਂ 100% ਕਾਮਯਾਬ ਹੋਵਾਂਗੇ ਜੇ ਅਸੀਂ ਸਹੀ ਪ੍ਰੋਪਰ ਜੋ ਗਾਈਡਲਾਈਨ ਹੈਗੀਆਂ ਜੋ ਕਿਸਾਨਾਂ ਦਾ ਪੁਰਾਣੇ ਦਾ ਤਜਰਬਾ ਹੈ ਉਹਦੇ ਵਿੱਚੋਂ ਜੇ ਜਿਵੇਂ ਉਹਨਾਂ ਦਾ ਹਿਸਾਬ ਨਾਲ ਚੱਲੀਏ ਤਾਂ ਮੈਨੂੰ ਲੱਗਦਾ ਜੀ 100% ਕਾਮਯਾਬ ਹੋਵਾਂਗੇ ਬਟ ਸਾਨੂੰ ਇਹ ਆ ਵੀ ਜੇ ਜਮ੍ਹਾਂ ਵਾਣ ਖਾਲੀ ਛੱਡਣ ਨਾਲੋਂ ਜੇ ਕੋਈ 2-4 ਮਨ ਘਟ ਵੀ ਜਾਊਗਾ ਤਾਂ ਵੀ ਅਸੀਂ ਜੇ ਇਸ ਦਾ ਖਰਚੇ ਉਹ ਦੂਸਰੇ ਤਰੀਕੇ ਨਾਲ ਵੇਖੀਏ ਲੇਬਰ ਦਾ ਖਰਚਾ ਔਰ ਇਸ ਤੇ ਸਪ੍ਰੇਆਂ ਦਾ ਖਰਚਾ ਕਾਫੀ ਘਟਾ ਹੈ ਬਾਕੀ ਅਸੀਂ ਸਪਰੇ ਵਗੈਰਾ ਵੀ ਡਰਮ ਨਾਲ ਹੋ ਜਾਣੀ ਹੈ ਉਸ ਤੋਂ ਲੱਗਦਾ ਵੀ ਅਸੀਂ ਠੀਕ ਰਾਵਾਂਗੇ ਸਪੋਜ਼ ਕਰੋ ਤੋ ਡੀ ਇੱਕ ਟੈਕਨਿਕ ਜਿਹੜੀ ਇਹ ਪੂਰੀ ਕਾਮਯਾਬ ਹੁੰਦੀ ਤਾਂ ਉਸ ਤੋਂ ਵੀ ਪੱਗ ਵੀ ਕ੍ਰੈਡਿਟ ਲੈਣ ਜ਼ਰੂਰ ਕਿਤੇ ਨਾ ਕਿਤੇ ਪਹੁੰਚ ਜਾਂਦਾ ਹੈ ਕਈ ਵਾਰ ਵੇਖਿਆ ਕਿ ਜਦੋਂ ਪਹਿਲੇ ਤਾਂ ਜਦੋਂ ਉਹਨਾਂ ਧਿਆਨ ਚ ਵਿੱਚ ਗੱਲ ਆਂਦੀ ਹੈ ਤਾਂ ਵੀ ਪੱਗ ਦਿਲਚਸਪੀ ਨਹੀਂ ਵਿਖਾਂਦਾ ਪਰ ਜਦੋਂ ਕੋਈ ਚੀਜ਼ ਕਾਮਯਾਬ ਹੋਵੇ ਕ੍ਰੈਡਿਟ ਲੈਣ ਲਈ ਵੀ ਪੱਗ ਜ਼ਰੂਰ ਪਹੁੰਚ ਜਾਂਦਾ ਹੈ ਕੀ ਲੱਗਦਾ ਉਹਨਾਂ ਦਾ ਕ੍ਰੈਡਿਟ ਦਾ ਟਾਈਮ ਆਇਆ ਤਾਂ ਵੀ ਪੱਗ ਨਾਲ ਕੋਈ ਗੱਲਬਾਤ ਕੀਤੀ ਹੁੰਦਾ ਕੋਈ ਪਹੁੰਚੇ ਤੁਹਾਡੇ ਕੋਲ ਸਾਡੇ ਕੋਲੇ ਜੀ ਉਚੇਚੇ ਤੌਰ ਤੇ ਕੋਈ ਵੀ ਵਿਭਾਗ ਦਾ ਬੰਦਾ ਨਹੀਂ ਆਇਆ ਅਸੀਂ ਹੁਣ ਜ਼ਿਲ੍ਹਾ ਫਰੀਦਕੋਟ ਨਾਲ ਇੱਥੇ ਹੈਗੇ ਆਂ ਫਰੀਦਕੋਟ ਤੇ ਸਾਡਾ ਪਿੰਡ ਪੈਂਦਾ ਜੇ ਅਸੀਂ ਕਹੀਏ ਵੀ ਸਾਡੇ ਕੋਲੇ ਕੋਈ ਬੰਦਾ ਨਹੀਂ ਆਇਆ ਹਾਂ ਜਰੂਰ ਸਾਡੇ ਨਾਲ ਸੋਸ਼ਲ ਮੀਡੀਆ ਤੇ WhatsApp ਤੇ YouTube ਤੇ ਸਾਡੇ ਨਾਲ ਡਾਕਟਰ ਸਾਹਿਬ ਟੱਚ 'ਚ ਹੈਗੇ ਆ ਉਹਨਾਂ ਤੋਂ ਅਸੀਂ ਜੋ ਜਾਣਕਾਰੀ ਲੈ ਰਹੇ ਆਂ ਸਟੱਡੀ ਕਰ ਰਹੇ ਆਂ ਚਲੋ ਕ੍ਰੈਡਿਟ ਤਾਂ ਅਸੀਂ ਕਹਿੰਨੇ ਭਾਵੇਂ ਉਹ ਮਹਿਕਮਾ ਨੇ ਲੈ ਲੈਣਾ ਸਾਨੂੰ ਸਫਲ ਕਰ ਦੇਣਾ ਹਜੇ ਹਜੇ ਵੀ ਆਗੇ ਮੌਕਾ ਹੈਗਾ ਵੀ ਸਾਨੂੰ ਜੇ ਕੋਈ ਕਮੀ ਲੱਗਦੀ ਆ ਸਾਨੂੰ ਦੱਸ ਸਕਦੇ ਆ ਤੇ ਜੇ ਕਾਮਯਾਬ ਹੁੰਦੀ ਹੈ ਤਾਂ ਅਸੀਂ ਕਿੰਨੇ ਕ੍ਰੈਡਿਟ ਦਾ ਸਾਨੂੰ ਕੋਈ ਹੋਰ ਨਹੀਂਗਾ ਕ੍ਰੈਡਿਟ ਪਾਉਂਗਾ ਉਹੀ ਲੈ ਲੈਣੋ ਜਿਹੜੇ ਬਜ਼ੁਰਗ ਹੁੰਦੇ ਕਰਦੇ ਉਹਨਾਂ ਦਾ ਐਕਸਪੀਰੀਐਂਸ ਬਹੁਤ ਜ਼ਿਆਦਾ ਮਾਇਨੇ ਰੱਖਦਾ ਹੈ ਕਿਉਂਕਿ ਕਾਫੀ ਉਹਨਾਂ ਨੇ ਪ੍ਰਯੋਗ ਕਿਤੇ ਹੁੰਦੇ ਜ਼ਿੰਦਗੀ ਵਿੱਚ ਕੀ ਇਸ ਦੌਰਾਨ ਵੀ ਕੋਈ ਇਹੋ ਜਿਹਾ ਰਿਹਾ ਕਿ ਬਜ਼ੁਰਗਾਂ ਦਾ ਸਲਾਹ ਲਿੱਤੀ ਗਈ ਕਿ ਹਾਂ ਵੀ ਕਿਸ ਤੱਕ ਕਾਮਯਾਬ ਹੋ ਸਕਦਾ ਹਾਂਜੀ ਇਹ ਬਜ਼ੁਰਗਾਂ ਦਾ ਆਸ਼ੀਰਵਾਦ ਹੀ ਹੈ ਜੀ ਸਾਰਾ ਜੋ ਹੁਣ ਤੱਕ ਜੋ ਖੇਤੀਬਾੜੀ ਆ ਇਹਦੇ ਵਿੱਚ ਉਹਨਾਂ ਦਾ ਤਜਰਬਾ ਹੈ ਉਹ ਸਾਰਾ ਹੁਣ ਵੀ ਜੋ ਬਜਾਈ ਕਰ ਰਹੇ ਸੀ ਮੇਰੇ ਫਾਦਰ ਸਾਹਿਬ ਵੀ ਬਜਾਈ ਕਰ ਰਹੇ ਆ ਅਸੀਂ ਤੋਂ ਨਾਲ ਸਿਰਫ ਉਹਨਾਂ ਦੇ ਉਹ ਸ ਤੇ ਬਜ਼ੁਰਗਾਂ ਦਾ ਵੀ ਹੈ ਮੰਨਣਾ ਵੀ ਹੋਜੂ ਕਾਮਯਾਬ ਬਾਕੀ ਅਸੀਂ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਪਾਈਆਂ ਜੋ ਜਿਵੇਂ ਇੱਕ ਮੂੰਗੀ ਵਿੱਚ ਉਹ ਨੌਗਰਿਆ ਸੀਗਾ ਉਹ ਵੀ ਦਿਖਾਇਆ ਸੀਗਾ ਉਸ ਤੋਂ ਲੱਗਦਾ ਹੈ ਵੀ ਕਾਫੀ ਸਾਨੂੰ ਉਮੀਦ ਹੈ ਜੀ 100% ਉਮੀਦ ਹੈ ਵੀ ਕਾਮਯਾਬ ਹੋਊਗਾ ਜੀ ਥੈਂਕ ਯੂ ਵੈਰੀ ਮਚ ਤਾਂ ਇਹ ਤੁਸੀਂ ਦੇਖਦੇ ਹੋ ਜਿਸ ਵਕਤ ਅਸੀਂ ਖੇਤ ਦੇ ਵਿੱਚ ਖੜੇ ਆ ਪਿੰਡ ਹਰਦਿਆਲੇਣਾ ਹੈ ਜਿੱਥੋਂ ਤੱਕ ਵੀ ਨਿਗਾਹ ਜਾ ਰਹੀ ਹੈ ਇਸ ਪੂਰੀ ਥਾਂ ਦੇ ਉੱਤੇ ਐਸੇ ਤਰੀਕੇ ਨਾਲ ਜੋ ਐਸੀ ਟੈਕਨੀਕ ਨਾਲ ਜੋ ਖੇਤੀ ਕੀਤੀ ਜਾਣੀ ਹੈ ਜੋ ਤੁਸੀਂ ਦੇਖ ਰਹੇ ਹੋ ਜਿੱਥੇ ਇਸ ਟਾਈਮ ਵਾਇਆ ਗਿਆ ਹੈ ਇਸ ਥਾਂ ਦੇ ਉੱਤੇ ਐਸ ਵਕਤ ਬੀਜਾ ਜਾ ਚੁੱਕੇ ਜੋ ਪਲੇਨ ਥਾ ਤੁਸੀਂ ਵੇਖ ਰਹੇ ਹੋ ਇਸ ਪਾਸੇ ਇਹ ਸਾਥੇ ਹੋ ਜੇ ਇਹ ਜੋ ਹੈ ਫਸਲ ਬੀਜੀ ਜਾਣੀ ਹੈ ਤਾਂ ਅਸੀਂ ਦੇ ਤੌਰ ਤੇ ਕਿਹਾ ਜਾਵੇ ਤਾਂ ਕਿ ਕਾਮਯਾਬੀ ਜ਼ਰੂਰ ਹੋਣ ਦੀ ਉਮੀਦ ਹੈ ਪਰ ਵਿਭਾਗ ਦੀ ਦਿਲਚਸਪੀ ਇਸ ਪਾਸੇ ਨਾ ਹੋਣਾ ਵੱਡਾ ਸਵਾਲ ਵੀ ਹੈ ਬੇਸ਼ੱਕ ਸੰਪਰਕ ਨਾਲ ਉਹ ਕੀਤਾ ਜਾਂਦਾ ਹੈ ਪਰ ਕਿਹਾ ਜਾਂਦਾ ਹੈ ਕਿ ਅਵਿਸ਼ਕਾਰ ਜੋ ਹੈ ਜ਼ਰੂਰਤ ਦੀ ਜਨਮਨੀ ਹੁੰਦੀ ਹੈ ਵੇਖਦੇ ਹਾਂ ਕਿ ਇਹਨਾਂ ਵਾਲਿਓ ਜੋ ਪ੍ਰਯੋਗ ਕੀਤਾ ਗਿਆ ਹੈ ਬੇਸ਼ੱਕ ਲੇਬਰ ਦੀ ਕਾਰ ਜ਼ਰੂਰ ਹੈ ਪਰ ਉਸ ਦੇ ਨਾਲ ਇੱਕ ਕਿਹਾ ਜਾਵੇ ਤਾਂ ਇੱਕ ਖਰਚਾ ਬਚਾਣਾ ਅਤੇ ਦੂਜੇ ਪਾਸੇ ਇਸ ਤਰੀਕੇ ਦੇ ਪ੍ਰਯੋਗ ਹੋਣਾ ਇਹ ਵੀ ਕਿਸ ਤਰ੍ਹਾਂ ਕਿਤੇ ਕਾਮਯਾਬੀ ਦੀ ਸੀੜੀ ਬਣ ਜ਼ਰੂਰ ਵਧਨ ਦਾ ਇੱਕ ਮੌਕਾ ਹੁੰਦਾ ਹੈ ਫਿਲਹਾਲ ਦੇਖਦੇ ਹਾਂ ਕਿ ਇਸ ਤੋਂ ਬਾਅਦ ਜੋ ਫਸਲ ਦੀ ਜਦੋਂ ਰੁੱਤ ਆਣੀ ਹੈ ਫਸਲ ਪੱਕ ਕੇ ਤਿਆਰ ਹੋਣੀ ਹੈ ਉਹ ਕਿਸ ਤਰੀਕੇ ਦੀ ਹੁੰਦੀ ਹੈ ਵਿਪາກ ਨੂੰ ਵੀ ਅਸੀਂ ਉਮੀਦ ਕਰਦੇ ਹਾਂ ਕਿ ਉਹ ਵੀ ਇਹਨਾਂ ਦੇ ਕੋਲ ਆ ਕੇ ਇਹਨਾਂ ਦੀ ਗੱਲ ਸੁਣੇ ਅਤੇ ਜੋ ਵੀ ਕਮੀਆਂ ਪੇਸ਼ੀਆਂ ਨੇ ਨਾਲ ਸਾਥ ਦੇਵੇ ਨਾ ਕਿ ਇੱਥੇ ਕ੍ਰੈਡਿਟ ਵਾਰ ਦਾ ਕੋਈ ਸਮਾਂ ਸਮਾ ਹੈਗਾ ਇਕੱਠੇ ਹੋ ਕੇ ਲੜਨ ਦਾ ਜੋ ਨਵੇਂ ਪ੍ਰਯੋਗ ਕੀਤੇ ਜਾ ਰਹੇ ਉਹਨਾਂ ਨੂੰ ਕਾਮਯਾਬ ਕਰਨ ਦਾ ਫਿਲਹਾਲ ਦੇਖਦੇ ਹਾਂ ਕਿ ਵਿਪາກ ਵੱਲੋਂ ਇਹਨਾਂ ਦੀ ਜੋ ਨਵੇਂ ਪਰਯੋਗ ਹੈ ਉਸ ਨੂੰ ਲੈ ਕੇ ਕਿਸ ਤਰੀਕੇ ਦਾ ਹੰਗਾਰਾ ਵੇਖਣ ਨੂੰ ਮਿਲਦਾ ਹੈ ਫਰੀਦਕੋਟ ਤੋਂ ਕੈਮਰਾ ਪਰਸਾ ਰਾਜੇਸ ਬਾਗੜੀ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ